ਨਵਦੀਪ ਸਿੰਘ ਜਲਵੇੜਾ ਦੀ ਔਰ ਜਿਵੇਂ ਅੱਜ ਅਸੀਂ ਇਕੱਠੇ ਹੋਣਾ ਸੀ ਸਾਡੇ 12-13 ਆਗੂ ਫੜ ਲਏ ਇਹਦੇ ਬਾਵਜੂਦ ਕਿਉਂਕਿ ਰਾਤ ਅੰਦੋਲਨ ਐਸਪੀ ਦਫ਼ਤਰ ਦਾ ਪੋਸਟਪੋਨ ਕਰਤਾ ਸੀ ਮੈਸੇਜ ਇਹ ਚੱਲ ਗਿਆ ਸੀ ਬਹੁਤੀ ਗਿਣਤੀ ਆਉਣੀ ਨਹੀਂ ਪਰ ਜਦੋਂ ਸਵੇਰੇ ਸਾਨੂੰ ਖਬਰਾਂ ਮਿਲੀਆਂ ਵਾ ਵੀ ਆਪਣਾ ਰਾਜੂ ਭਾਜੀ ਅਮਰਜੀਤ ਮੋੜੀ ਜੀ ਤੇ ਆਪਣਾ ਜਸਵਿੰਦਰ ਲੌਂਗੋਵਾਲ ਇਹ ਸਾਰੇ ਆਗੂ ਫੜ ਲਿਆ ਫਿਰ ਅਸੀਂ ਤੁਰੰਤ ਕਾਲ ਕੀਤੀ ਸਾਡਾ ਸੀ ਵੀ ਚੱਲ ਇਕੱਠੇ ਹੋ ਕੇ ਆ ਜਾਂਗੇ ਫਿਰ ਅਸੀਂ ਵੱਡਾ ਜਥਾ ਲੈ ਕੇ ਤਕਰੀਬਨ 1000 ਤੋਂ ਪਲੱਸ ਹੋਊਗਾ ਸਾਡੇ ਆਦਮੀ ਅਸੀਂ ਅੰਦਰ ਅੰਬਾਲੇ ਦੇ ਮਾਰਚ ਕੀਤਾ ਨਾਕਾ ਲਾਇਆ ਗੱਲਬਾਤ ਚੱਲੀ ਆ ਔਰ ਮਾਰਚ ਕਰਦੇ ਹੋਏ ਅਸੀਂ ਸ਼ੰਭੂ ਬਾਰਡਰ ਤੇ ਪਹੁੰਚਿਆ ਦੇਖੋ ਇਹ ਸਾਡਾ ਫਰਜ਼ ਬਣਦਾ ਕੋਈ ਵੀ ਨੌਜਵਾਨ ਹੋਵੇ ਕਿਸਾਨ ਆਗੂ ਹੋਵੇ ਮਜ਼ਦੂਰ ਲੀਡਰ ਹੋਵੇ ਜਦੋਂ ਉਹ ਕੋਈ ਕਿਸਾਨ ਲਹਿਰ ਲਈ ਕਰੂਗਾ ਉਹਦਾ ਮਾਣ ਸਨਮਾਨ ਸਾਡਾ ਹੱਕ ਬਣਦਾ ਵਾ ਅਸੀਂ ਇਹ ਕਹਿਣਾ ਚਾਹਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਵੀ ਅਸਲ ਜਿਹੜੇ ਸਾਡੇ ਅੰਦੋਲਨ ਦੇ ਸ਼ਹੀਦ ਹੋਏ ਆ ਜਿੱਦਾਂ ਸ਼ਹੀਦ ਸੁਭਕਰਨ ਸਿੰਘ ਜੀ ਸ਼ਹੀਦ ਹੋਏ ਆ ਜਾਂ ਇਸ ਅੰਦੋਲਨ ਦੀ 25 ਤੋਂ ਵੱਧ ਸ਼ਹੀਦੀਆਂ ਜਾਂ ਇਸ ਤੋਂ ਪਹਿਲਾਂ 733 ਸ਼ਹੀਦੀਆਂ ਅਸਲ ਉਹਨਾਂ ਦਾ ਮਾਣ ਸਨਮਾਨ ਤਾਂ ਵਾ ਔਰ ਜੋ ਕੁਝ ਇਸ ਮੋਰਚੇ 'ਚ ਹੋ ਰਿਹਾ ਉਹਦਾ ਮਾਣ ਸਨਮਾਨ ਤਾਂ ਵਾ ਜੇ ਅਸੀਂ ਮੋਰਚਾ ਜਿੱਤੀਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਆ ਸਾਰੇ ਬਾਰਡਰਾਂ ਤੇ ਪਹੁੰਚਿਆ ਕਰੋ ਮੋਰਚੇ ਨੂੰ ਹੋਰ ਮਜ਼ਬੂਤ ਕਰੀਏ ਦੁੱਖ ਦੀ ਗੱਲ ਆ ਜਿਹੜੀ ਅੱਜ ਮੀਡੀਆ ਰਾਹੀਂ ਖਬਰਾਂ ਮਿਲ ਰਹੀਆਂ ਵੀ ਹਰਿਆਣਾ ਸਰਕਾਰ 3 IPS ਅਫਸਰਾਂ ਨੂੰ ਆਪਣਿਆਂ ਨੂੰ ਕਿਸਾਨਾਂ ਨੂੰ ਇਸ ਬਾਰਡਰ ਤੇ ਰੋਕਣ ਵਾਸਤੇ ਸਨਮਾਨ ਕਰਨ ਜਾ ਰਹੀ ਆ ਔਰ ਮੈਂ ਕਹਿੰਦਾ ਫਿਰ ਹਰਿਆਣਾ ਸਰਕਾਰ ਦਾ ਪਾਪ ਤਾਂ ਨੰਗਾ ਹੋ ਗਿਆ ਉਹ ਜਿੰਨਾ ਮਰਜ਼ੀ ਜ਼ੋਰ ਲੈਣ ਜਿਹੜੇ ਸਾਡੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗੇ ਨੇ ਉਹ ਧੁੱਪਣੇ ਨਹੀਂ ਹੈਗੇ ਜੋ ਕੁਝ ਉਹਨਾਂ ਨੇ ਅੱਜ ਕੀਤਾ ਹਰਿਆਣਾ ਸਾਰਾ ਦੇਖ ਰਿਹਾ ਮਹਾਰਾਸ਼ਟਰ ਦੇਖ ਰਿਹਾ ਇਹਨਾਂ ਗੱਲਾਂ ਦਾ ਜਵਾਬ ਹਰਿਆਣੇ ਦੇ ਲੋਕ ਇਹਨਾਂ ਲਕਸ਼ਣਾਂ ਵਿੱਚ ਦੇਣਗੇ ਔਰ ਮੋਦੀ ਜੀ ਨੂੰ ਯਾਦ ਆਊਗਾ ਕਿਸਾਨਾਂ ਮਜ਼ਦੂਰਾਂ ਨਾਲ ਚੱਲ ਰਿਹਾ ਅੰਦੋਲਨ ਅਸੀਂ ਫੇਰ ਵੀ ਜੇਕਰ ਮੋਦੀ ਸਰਕਾਰ ਕਿਸਾਨ ਮਜ਼ਦੂਰ ਪੱਖੀ ਆ ਤੇ ਇਸ ਬਜਟ ਇਜਲਾਸ ਦੇ ਵਿੱਚ MSP ਗਰੰਟੀ ਕਾਨੂੰਨ ਵਾਸਤੇ ਬਜਟ ਰਾਖਵਾਂ ਰੱਖੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ ਮਾਫ਼ੀ ਵਾਸਤੇ ਬਜਟ ਰੱਖੇ ਇਹ ਤੋਂ ਗਾਂ ਦੂਜਾ ਫਸਲੀ ਬੀਮਾ ਯੋਜਨਾ ਵਾਸਤੇ ਬਜਟ ਰੱਖੇ ਜਿੰਨੀਆਂ ਸਾਡੀਆਂ ਮੰਗਾਂ ਵਾ ਉਹ ਕਾਰਪੋਰ ਆਸ ਰੱਖਾਂਗੇ ਅਰ ਕੀ ਕਾਰਪੋਰੇਟ ਨੂੰ ਖੁਸ਼ ਨਹੀਂ ਕਰਨਗੇ ਅਰ ਕੀ ਕਿਸਾਨਾਂ ਮਜ਼ਦੂਰਾਂ ਦੀ ਸੁਣਨਗੇ ਔਰ ਇਹ ਵੀ 22 ਨੂੰ ਅਸੀਂ ਕਨਵੈਨਸ਼ਨ ਕਰ ਰਹੇ ਦਿੱਲੀ ਵਿੱਚ ਜਿਹਦੇ ਵਿੱਚ ਅਸੀਂ ਬੁੱਧੀਜੀਵੀ ਸੱਦ ਰਹੇ ਹਾਂ MSP ਲੀਗਲ ਗਰੰਟੀ ਕਾਨੂੰਨ ਅਤੇ ਪ੍ਰਾਈਵੇਟ ਬਿੱਲ ਲਿਆਉਣ ਬਾਰੇ ਜੋ ਅਸੀਂ ਮੰਗ ਪੱਤਰ ਦਿੱਤੇ ਆ ਹੁਣ ਵਿਰੋਧੀ ਧਿਰ ਦੇ ਲੀਡਰ ਚਾਹੇ ਖੜਗੇ ਸਾਹਿਬ ਹੋਣ ਚਾਹੇ ਰਾਹੁਲ ਜੀ ਹੋਣ ਚਾਹੇ SP ਦੇ ਲੀਡਰ ਵੱਡੇ ਹੋਣ ਚਾਹੇ ਤਾਮਿਲਨਾਡੂ ਦੇ ਜਿਹੜੇ ਉਹ ਲੀਡਰ ਵੱਡੇ ਹੋਣ ਇਹ ਤੋਂ ਗਾਂ ਜਿਹੜੇ NDA ਦੇ ਕਟਕ ਦਲ ਨੇ ਚਾਹੇ ਚੰਦਰਬਾਬੂ ਨਾਇਡੂ ਜੀ ਹੋਣ ਚਾਹੇ ਨਿਤੀਸ਼ ਕੁਮਾਰ ਹੋਣ ਅਸੀਂ ਉਹਨਾਂ ਨੂੰ ਚਿੱਠੀਆਂ ਲਿਖੀਆਂ ਜਿਹੜੇ ਸਮਾਂ ਦੇਣਗੇ ਉਹਨਾਂ ਨੂੰ ਮਿਲਾਂਗੇ ਔਰ ਮਿਲ ਕੇ ਕਹਾਂਗੇ ਵੀ ਜਿਹੜੇ ਮੰਗ ਪੱਤਰ ਦਿੱਤੇ ਸੀ ਵਿਰੋਧੀ ਧਿਰਾਂ ਐਰਕੀ ਮਾਨਸੂਨ ਸੱਤਰ ਦੇ ਵਿੱਚ ਪ੍ਰਾਈਵੇਟ ਬਿੱਲ ਲੈ ਕੇ ਆਉਣ ਇਹ ਸਾਡਾ ਆਉਣ ਵਾਲਾ ਕਾਰਜਕ੍ਰਮ ਔਰ 22 ਦੇ ਵਿੱਚ ਵੱਡੇ ਅਗਲੇ ਅੰਦੋਲਨਾਂ ਦਾ ਐਲਾਨ ਉੱਥੇ ਹੋਊਗਾ ਤੁਸੀਂ ਕਹਿ ਰਹੇ ਹੋ ਕਿ ਕਨਵੈਨਸ਼ਨ ਕਰਨੀ ਹੈ ਤੁਹਾਨੂੰ ਅੰਬਾਲੇ ਨਹੀਂ ਜਾਣ ਦਿੱਤਾ ਗਿਆ ਲੱਗਦਾ ਤੁਹਾਨੂੰ ਦਿੱਲੀ ਜਾਣ ਦੇ ਦੇਣਗੇ ਆ ਬਿਲਕੁਲ ਜੇ ਕਨਵੈਨਸ਼ਨ ਗਿਆ ਨੂੰ ਫੜਨਾ ਮੁਬਾਰਕ ਹੋਵੇ ਮੋਦੀ ਜੀ ਨੂੰ ਕੋਈ ਨਹੀਂ ਫੜ ਲਿਆ ਕਰਨ FIR ਤਾਂ ਮੇਰੇ ਤੇ ਵੀ ਹੈਗੀ ਹੈ ਕਹਿੰਦੇ ਫੜ ਲੈਣਾ ਚਾਹੀਦਾ ਹੈਗਾ ਸਾਰੇ ਲੀਡਰਾਂ ਤੇ ਹੈਗੀ ਆ ਕੀ ਫਰਕ ਪੈਂਦਾ ਕਨਵੈਨਸ਼ਨ ਕਰਨ ਜਾਣਾ ਵਾ ਜੇ ਮੋਦੀ ਜੀ ਨੂੰ ਫੜ ਕੇ ਹੀ ਸਬਰ ਹੁੰਦਾ ਫੜ ਲੈਣ ਕੋਈ ਗੱਲ ਨਹੀਂ ਜਾਵਾਂਗੇ ਦਿੱਲੀ ਜੀ